तुम दिल के दिखाऊं मैं कैसे, दिखाऊं मैं कैसे तेरा लाचा, उठाऊं मैं कैसे अकबर मेरा तेरे अबाला, अकबर मेरा तेरे अबाला, अकबर पहुंचे दिल को हाथों से थाम कर बोले, तेरी फुरकत ने अली अकबर आग दिल में मेरे लगा दी है, आग दिल की बुझाऊं मैं कैसे, आग दिल की बुझाऊं मैं कैसे तेरा लाशा, उठाऊं मैं कैसे अकबर मेरा तेरे अबाला, अकबर अकबर मेरा तेरे अबाला, अकबर आले आले पाके ले दिया दा नाम मुसले से चाहोले, बनो अम्मे ही अमीर भोमिनी सलवार, असंत बाबा जड़ी दीवार की थू मिलस पढ़ के गए कोई ना सुथे, ये जाए अस मसाइब से आऊँ तो बंद थे वे भला के बन सी बाखे दसा जी बस जाती उसी जनरेटर से चलाओ भाई ठीक वाला सही है ਸਖਮੀਆਂ ਹੁਸੈਨ ਆਏ ਮੇਰੀ ਕਬਰ ਦੇ
ਪਿਆ ਪੰਥ ਪੜ ਕੇ ਮਿਲਤ ਨੀ ਦਿਲਾਵੇ ਮੇਰੇ ਬਾਲਾਂ ਦਾ ਸਰ ਛੋਟਾ ਹੈ ਨਾ ਪੈਦਲ ਸਫ਼ਰ ਛੋਟਾ ਪੁੱਤਰ ਰਾਤ ਗੁਜ਼ਰ ਜਾਈ ਤੂੰ ਆਪਣੇ ਕੋ ਬੀਬੀਆਂ ਦਾ ਸਲਾਮ ਕੀਤਾ ਮੁਹੰਮਦ ਦੀਆਂ ਧੀਆਂ ਦੁਆ ਕਰਾਏ ਸ਼ਾਲਾ ਪੂਰੀ ਉਤਰੇ ਵਤੂ ਖੇਮੇ ਚਾਹੇ ਜਿੱਥਾਂ ਪੀਂਘਾ ਡਾਇ ਹੋਇਆ ਪੀਂਘੇ ਵਾਲੇ ਨੂੰ ਚਾਹੇ ਇਸ ਗੱਲ ਚੁੰਮੈ ਅਮੀਰ ਕਾਸਿਮ ਕੁਸਡੈਸ ਇੱਕ ਇੱਕ ਬੰਦ ਚੁੰਮੈ ਅਲੀ ਜ਼ੈਨੁਲ ਆਬਦੀਨ ਦੀਆਂ ਕਿਸ਼ਤੀਆਂ ਮੁਹੰਮਦ ਬਾਕਿਰ ਦਾ ਸਰ ਅਲੀ ਅਕਬਰ ਦਾ ਸੀਨਾ ਬਾਦਸ਼ਾਹ ਹੁਸੈਨ ਦੇ ਹੱਥਾਂ ਤੇ ਬੋਸੇ ਵਤਨ ਮਾਰ ਕੇ ਡਗਾਦੀ ਖੈਮਾ ਤੂੰ ਬਹਿਰਾ ਮੇਰੀ ਵੱਖਰੀ ਗੱਲ ਸੁਣ ਗੈਰਤਮੰਦ ਬੈਠੇ ਹੋ ਮੇਰੇ ਸਾਹਮਣੇ ਮੇਰਾ ਖੈਮਾ ਦੇ ਪਿਛਲੇ ਪਾਸੇ ਖਿਲੇ ਗੱਲ ਬਈ ਪਏ ਨੇ ਸਜੀ ਅੱਖ ਚੁਮਕਿਆ ਦਾ ਕਰੇ ਤੇਰੇ ਨਾਲ ਹੈ ਤੂੰ ਸ਼ਰੀਫਾਂ ਦਾ ਨਾਦੀ ਕੋ ਸਫ਼ਰ ਕਰਾਵੇ ਤੇਰੇ ਗੈਰਤ ਮੰਦ ਖੁੱਲੇ ਫੌਜੀ ਹੈ ਹਰ ਪੈ ਕੋ ਸਵਾਰ ਗੈਰਤ ਮੰਦ ਖੁੱਲ ਫੌਜੀ ਹੈ ਹਰ ਪੈ ਕੋ ਸਵਾਰ ਇੱਕ ਜਗ੍ਹਾ ਯਾਰ ਇੱਕ ਜਗ੍ਹਾ ਗੈਰਤਮੰਦ ਕੁਲ ਫੌਜੀ ਹਨ ਹਰ ਪੈ ਕੋ ਸਵਾਰ ਨੇਤਰੇ ਚ ਬੈਰ ਉਠੀ ਮਾਨ ਗੈਰਤਮੰਦ ਕੁਲ ਫੌਜੀ ਹਨ ਹਰ ਪੈ ਕੋ ਸਵਾਰ ਸੋਹਣੇ ਅਦਾਦਾਰ ਮਲੰਗ ਮਜਲਿਸ ਵਿੱਚ ਮੌਜੂਦ ਹੋ ਜਦਾਂ ਹੀ ਬਾਹਰ ਕੀ ਚੱਲ ਸੋ ਤੱਕ ਬੰਦ ਯਾਦ ਆ ਸੀ ਤੇਰੇ ਗੈਰਤਮੰਦ ਕੁਲ ਫੌਜੀ ਹਨ ਹਰ ਪੈ ਕੋ ਸਵਾਰ ਗੈਰਤਮੰਦ ਕੁਲ ਫੌਜੀ ਹਨ ਹਰ ਪੈ ਕੋ ਸਵਾਰ ਬੰਦ ਪੜ ਕੇ ਦੂ ਵਹਿਣ ਕਰਕੇ ਮਜਲਿਸ ਛੋੜ ਸਕਦਾ ਲੇਕਿਨ ਨਹੀਂ ਹੁਕਮ ਦਿੱਤਾ ਨੇ ਤੇਰੇ ਬਚਣਾ ਦੇ ਸ਼ਕਤੀ ਹੋ ਸਹੀ ਚਲੋ ਇੱਕ ਬੰਦ ਮੈਂ ਕਿਧਰ ਸਜੀ ਵੀ ਆ ਪੜ ਦੇਵਾਂ ਵਕੀਲ ਹੁਸੈਨ ਤੇ ਬੀਬੀ ਆਲੀ ਆਦਾ ਜਨਾ ਗੁਰੂ ਗੁਫਾ ਤੋਂ ਪੀਆ
ਬੰਦੇਰ ਆਵਾਜ਼ ਬਣੇ ਜਾਂਦੇ ਰੁਖਸਾਰ ਚੁਮੇਂਦਾ ਬੰਦੇਰ ਆਵਾਜ਼ ਬਣੇ ਜਾਂਦੇ ਰੁਖਸਾਰ ਚੁਮੇਂਦਾ ਬੰਦੇਰ ਆਵਾਜ਼ ਬਣੇ ਜਾਂਦੇ ਰੁਖਸਾਰ ਪੰਜੀ ਹਜ਼ਾਰ ਤੋਂ ਲੈ ਕੇ ਅੱਸੀ ਹਜ਼ਾਰ ਬੰਦੇ ਤੱਕ ਰਿਵਾਇਤ ਤੇ ਲੋਕਾਂ ਬਾਦਸ਼ਾਹ ਹੁਸੈਨ ਦੀ ਬਈਅਤ ਜਨਾਬ ਮੁਸਲਿਮ ਦੇ ਹੱਥ ਤੇ ਕੀਤਾ। ਹਾਲਾਤ ਬਦਲੇ, ਗਵਰਨਰ ਬਦਲਾ, ਇਬਨ ਜ਼ਿਆਦ ਅਲ ਅਹਿਲਾਨ ਕੂਫਾ ਦਾ ਗਵਰਨਰ ਬਣਾ, ਹਾਨੀ ਸ਼ਹੀਦ ਹੋ ਗਿਆ ਜਾਂ ਕੈਦ ਹੋ ਗਿਆ, ਦੋ ਰਿਵਾਇਤਾਂ। ਜਨਾਬ ਹਾਨੀ ਦੀ ਗ੍ਰਿਫਤਾਰੀ ਤੋਂ ਬਾਅਦ ਕੂਫਾ ਸ਼ਹਿਰ ਵਿੱਚ ਮਜ਼ੀਦ ਖੌਫ ਹਿਰਾਸ ਫੈਲ ਗਿਆ, ਕਿਉਂਕਿ ਹਾਨੀ ਆਮ ਬੰਦਾ ਨਾ ਹੀ, ਕਬੀਲੇ ਬਣੀ ਮੁਰਾਦ ਦਾ ਸਰਦਾਰ ਹੈ। ਕਈ ਵੇਲੇ ਘੋੜੇ ਤੇ ਚੜ੍ਹ ਕੇ ਤੁਰਿਆ, ਇੱਕ ਹਜ਼ਾਰ ਤਲਵਾਰ ਬਰਦਾਰ ਆਸੇ ਪਾਸੇ ਤੁਰਦਾ ਹੈ। ਇਹਦਾ ਵੱਡਾ ਬੰਦਾ ਬਈ ਖਿਜ਼ਰ ਗ੍ਰਿਫਤਾਰ ਹੋ ਗਿਆ, ਗਰੀਬ ਆਵਾਮ ਦਾ ਚਾਰਾ ਹੀ ਨਾ ਰਿਹਾ, ਲੋਕ ਖੌਫ ਤੋਂ, ਨਾਲੇ ਇਹਨਾਂ ਉਮਵੀਆਂ ਦਾ ਪ੍ਰਾਪਾਗੰਡਾ ਹੀ ਬੜਾ ਤੇਜ਼ ਆਈ। ਇਹਨਾਂ ਪ੍ਰਾਪਾਗੰਡਾ ਕੀਤਾ, ਲੱਖਾਂ ਦੀ ਤਾਦਾਦ ਵਿੱਚ ਫੌਜ ਹੈ ਜਿਹੜੀ ਸ਼ਾਮ ਵਾਲੇ ਪਾਸੋਂ ਕੂਫੇ ਪਈ ਜਾਂਦੀ, ਲੋਕ ਆਪਣੇ ਘਰਾਂ 'ਚ ਮਹਿਸੂਰ ਹੋ ਗਏ। ਜਨਾਬ ਹਾਨੀ ਇਕੱਲੇ ਰਹਿ ਗਏ, ਜਨਾਬ ਮੁਸਲਿਮ ਇੱਕ ਘੋੜਾ ਜੋੜੀ ਪੁੱਤਰਾਂ ਦੀ ਇੱਕ ਆਪ, ਮਲੰਗ ਸਾਰੇ ਲੋਕ ਸਾਥ ਛੋੜ। ਅਗਲੀ ਗੁਜ਼ਾਰਿਸ਼ ਇਹ, ਸਾਰੇ ਲੋਕ ਦੁਸ਼ਮਣ ਨਾਲ ਇੱਥੋਂ ਇਹਤਰਾਮ ਕਰਦੇ ਹਨ ਹੁਸੈਨ ਦਾ, ਬਖਿਦਰ ਸ਼ਾਹ ਜੀ ਉਹਨਾਂ ਦਾ ਚਾਰਾ ਨਹੀਂ ਚੱਲਦਾ। ਚੁੱਪ ਕਰਕੇ ਖਿਦਰ ਘਰਾਂ 'ਚ ਪੈ ਨੀਗਰ ਢਲਦੀ ਪਈਏ, ਇਕੱਲੇ ਜਨਾਬ ਮੁਸਲਿਮ ਘੋੜੇ ਦੀ ਵਾਹ ਘਰ ਦਿੱਤੇ ਨਾਲ ਜੋੜੀਏ। ਐਸੇ ਮਾਹੌਲ ਵਿੱਚ ਬਾਬਾ ਜੀ ਸਪੀਕਰ ਅੱਛਾ ਹੋਣਾ ਚਾਹੀਦਾ, ਜਿਹੜਾ ਬੰਦ ਨਾ ਹੋਵੇ ਕਮ ਅਸ ਕਮ, ਨਹੀਂ ਜੇ ਮੈਂ ਇੱਧਰ ਕਿਤਨਾ ਮਿਲਣਾ ਵੱਧ ਕਿਆ ਹੈ। ਬੜੀ ਤਵੱਜੋ ਮੈਨੂੰ ਹੈ, ਘੋੜੇ ਦੀ ਲਗਾਮ ਹੱਥੇ ਚੋੜੀ ਨਾਲ ਕੂਫੇ ਦੇ ਸਾਰੇ ਦਰਵਾਜ਼ੇ ਬੰਦ ਹੋ ਗਏ। ਹਾਮੀ ਮਦਦਗਾਰ ਹੈ ਕੋਈ ਨਾ, ਗਾਜ਼ੀ ਦੇ ਦਰ ਤੇ ਆਏ, ਹਿੰਟਸ ਪੇਸ਼ ਕਰਨੇ ਤੇ ਹਿੱਕ ਜੁਮਲਾ ਦਸਤਕ ਦਿੱਤੀ, ਸਾਲਿਮ ਬਹਿਰਾ ਹਾਨੀ ਮੇਰੇ ਤੇ ਕਿਸਾਨ ਲਾ। ਗਾਜ਼ੀ ਆਦੇ ਮੁਸਲਿਮ ਕਿਹੜਾ ਇਹਸਾਨ, ਫਿਰ ਮੈਨੂੰ ਅੱਜ ਰਾਤ ਆਪਣੇ ਘਰ ਵਿੱਚ ਮੈਨੂੰ ਪਨਾਹ ਦੇ।
ਤੁਹਾਡੇ ਮਲੰਗ ਤੋਂ ਅੱਗੇ ਸੀ ਬੈਨ ਕੋਈ ਗੱਲ ਨਾ ਅੱਗੇ ਸੀ ਅੱਗੇ ਅੱਗੇ ਸੀ ਅੱਗੇ ਸੀ ਕਿੱਥਾ 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 ਗੱਲਾਂ ਕਰੇ ਦੇਣਾ ਅੱਗੇ ਮਾਜ਼ਰਤ ਕੀਤੀ ਇਸ ਮੁਸਲਿਮ ਤੂੰ ਜਾਣਦਾ ਹੈ ਹਾਲਾਤ ਬੜੇ ਅਫਤਰ ਹਨ ਥਾਨੀ ਮਰੀ ਗਏ ਇਬਨ ਜ਼ਿਆਦ ਦੇ ਆਰਡਰ ਸਖਤ ਹਨ ਮੈਂ ਤੈਨੂੰ ਆਪਣੇ ਘਰ ਨਹੀਂ ਰਹਾ ਸਕਦਾ ਬਾਬਾ ਜੀ ਤਾਂ ਰਿਵਾਇਤਾਂ ਦੋ ਹਨ ਕਿਉਂਕਿ ਮੈਂ ਇੱਥੇ ਬੜੇ ਮੁਹਤਾਜ ਤਰੀਕੇ ਨਾਲ ਮਜਲਿਸ ਪੜ੍ਹਦਾ ਰਹਾ ਇੱਕ ਰਿਵਾਇਤ ਇਹ ਜਿਹੜੀ ਮੈਂ ਪੜ੍ਹ ਰਿਹਾ ਦੂਜੀ ਰਿਵਾਇਤ ਇਹ ਕਿ ਜਨਾਬ ਮੁਸਲਿਮ ਚਲੇ ਗਏ ਹਾਨੀ ਦਾ ਘਰ ਤੇ ਕਾਜ਼ੀ ਦਾ ਘਰ ਦੀ ਦੀਵਾਰ ਇੱਕ ਹਾਨੀ ਦੇ ਪੁੱਤਰ ਇਹ ਜੋੜੀ ਕਾਜ਼ੀ ਦੇ ਘਰ ਮਹਿਮਾਨ ਟਿਕਾਈ ਅਰਬ ਦੀ ਇੱਕ ਰਿਵਾਇਤ ਆਈ ਅਗਰ ਕਹੇ ਕੋਲ ਅਮਾਨ ਮੰਨੀ ਮੰਨੇ ਆ ਉਹਦੇ ਉੱਤੇ ਅਮਾਨ ਦੇਵਣਾ ਵਾਜਿਬ ਹੋ ਜਾਂਦਾ ਦੂਜੀ ਰਿਵਾਇਤ ਇਹ ਕਲ ਖਾਨ ਜਿਹੜੀ ਪੜ੍ਹ ਰਿਹਾ ਬਾਦਸ਼ਾਹ ਫਰਮਾਇਆ ਚਲੋ ਮਿਲ ਨਾ ਰਹਾ ਮੇਰੇ ਨਾਲ ਕਹੇ ਮਾਂ ਦੀ ਅਮਾਨਤ ਬਿਸਮਿਲਾ ਕਰਾ ਸੈਯਦ ਮੇਰੀ ਦੀ ਰਿਵਾਇਤ ਸੀ ਅੱਜ ਦੀ ਰਾਤ ਮੇਰੀ ਇਸ ਜੋੜੀ ਨੂੰ ਪਨਾਹ ਦੇ ਮਾਜ਼ਰਤ ਕੀਤੀ ਇਸ ਨਹੀਂ ਦੇ ਸਕਦਾ ਬਾਦਸ਼ਾਹ ਫਰਮਾਇਆ ਸੈਨ ਕਰ ਥੋੜੇ ਜਿਹੇ ਦੇ ਅਤੇ ਦਰ ਖੋਲ ਮੈਨ ਬਿਸਤਰ ਨਾ ਦੇ ਮੈਨ ਚਾਰ ਪਾਈ ਚਟਾਈ ਨਾ ਦੇ ਮੈਨੂੰ ਆਪਣੇ ਘਰ ਥੋੜੀ ਜਿਹੀ ਦੇਰ ਮਿੱਟੀ ਤੇ ਬਹਿਣ ਦੀ ਇਜਾਜ਼ਤ ਦੇ ਮੈਂ ਜੋੜੀ ਤੇਰੇ ਘਰ ਗਿਨਾ ਨਾ ਮੈਂ ਮੰਗਦਾ ਦੁਆ ਬਹੁ ਜਲਦੀ ਨਾ ਕੋ ਨਿੰਦਰ ਆਵੇ ਸੀ ਸੈਦਾ ਦੇ ਤੇਰੇ ਘਰ ਸਮਾ ਕੇ ਮੈਂ ਤੁਰ ਵੈਸਾਂ ਸੈਦਾ ਦੇ ਅੱਖੀ ਦੇ ਦੇਹ ਤੇ ਇਹਨਾਂ ਕੋ ਰੁਲਦਾ ਦੇਖ ਨਾ ਸਕਦਾ ਜੋ ਮੈਂ ਫਿਰੂ ਹਾਂ ਜਿਹਨਾਂ ਪੁੱਤਰਾਂ ਦੇ ਛੇ ਮਾਵਾਂ ਦੇ ਛੇ ਸੱਤ ਸਾਲ ਦੇ ਪੁੱਤਰ ਇੰਨਾ ਦੁਆ ਹੀ ਕਰੇ ਸਨ ਤਈ ਦੀ ਕਰੇ ਸਨ ਸੈਦਾ ਦੇ ਇਹਨਾਂ ਕੋ ਨਿੰਦਰ ਆਵੇ ਸੀ ਮੈਂ ਘੋੜੇ ਤੇ ਚੜ੍ਹਦਾ ਪਹਿਲੀ ਗੱਲੀ ਦਾ ਮੋੜ ਜਾਏ ਮੈਂ ਮੁੜ ਵਜਾ ਨਾ ਤੂੰ ਇਹਨਾਂ ਕੋ ਜਗਾ ਕੇ ਗੱਲੀ ਦੇ ਬਾਹਰ ਜੋਰ ਛੋੜੇ ਦਰ ਬੰਦ ਕਰ ਦੇ ਤਾਂ ਹੀ ਰਾਜ਼ੀ ਆ ਦਰਵਾਜ਼ਾ ਖੋਲਾ ਬਾਦਸ਼ਾਹ ਆਉਂਦੇ ਰਹੇ ਰੱਬ ਜਾਣੇ ਚਾਰ ਪਾਈ ਮੱਲੀਏ ਚਟਾਈ ਜਾਂ ਜ਼ਮੀਨ ਰਿਵਾਇਤ ਬਾਬਾ ਜੀ ਮੇਂ ਆਪ ਸੁੱਤੇ ਵੱਡਾ ਸੱਜੇ ਬਾਜ਼ੂ ਤੇ ਛੋਟਾ ਖੱਬੇ ਬਾਜ਼ੂ ਤੇ ਦਸਤੇ ਦੁਆ ਬੁਲੰਦ ਕਰਕੇ ਦੇ ਇਮਾਮ ਹੁਸੈਨ ਦੀ ਇੱਜ਼ਤ ਦਾ ਵਾਸਤੇ ਹੀ ਮੇਰੇ ਬਚਣਾ ਤੇ ਨੈਂਦਰ ਗਾਲਿਬ ਕਰ ਦੁਆ ਦੇ ਹੱਥ ਮੁੜੇ ਲੈਣ ਬਚਣਾ ਭੁੱਲੇ ਦਰਾ ਗਈ ਸਾਹਿਬ ਔਲਾਦ ਬੈਠੇ ਹੋ ਮਿੱਟੀ ਤੇ ਸਮਾਇਸ ਪੁੱਤਰਾਂ ਕੋ ਵੱਡੇ ਦੀ ਸੱਜੀ ਬਾਂਹ ਛੋਟੇ ਦੇ ਗੱਲ ਛੋਟੇ ਦੀ ਖੱਬੀ ਬਾਂਹ ਵੱਡੇ ਦੇ ਗੱਲ ਅੱਲਾ ਗਵਾਹ ਹੈ ਨਿੱਕੀ ਔਲਾਦ ਵਾਲੇ ਸਰ ਤਈ ਵਹਿੰਦੇ ਬਚਪਨਾਂ ਦੇ ਇੰਜ ਵਹਿੰਦੇ ਜਿਵੇਂ ਨਮਾਜ਼ੀ ਤਸ਼ਹੁਦ ਕਹਿੰਦੇ ਕਹਿਣ ਵੱਡੇ ਦਾ ਮੂੰਹ ਚੁੰਦੇ ਕਹਿਣ ਛੋਟੇ ਦਾ ਬਸ ਵੱਡੇ ਦਾ ਮੂੰਹ ਚੁੰਕਿਆ ਦੇ ਬਾਰਾ ਕੋ ਵੀ ਕੱਲਾ ਸਮਝਦਾ ਨਹੀਂ ਬਾਦਸ਼ਾਹ ਟੁਰ ਗਏ ਦੀਗਰ ਢਲੀ ਹੋਈ ਮੋਮਨਾ ਮੋਮਨਾ ਮਈ ਜਿਹਦਾ ਨਾਂ ਤਵਾ ਲਿਖਾ ਦੇ ਉਹਦੇ ਘਰ ਦੇ ਦਰ ਤੇ ਜ਼ੀਨ ਇੱਕ ਪਾਸੇ ਪੇਰਿਨ ਨੇਜ਼ ਦੀ ਠੇਕੇ ਅੱਖੀ ਵਸਦੀ ਹੈ ਕਈ ਕਈ ਲੈ ਠੱਡਾ ਸਾਹ ਭਰ ਕੇ ਆਦੇ ਖਾਤੀ ਲਿਖੜਾ ਜੋ ਹਲਾਤ ਸਾਜ਼ਗਾਰ ਇਨ ਤੇ ਭੇਣ ਦੇ ਨਾ
اللہ جانے فتور دے پتر دی کیویں نفسی کو جگاویں بھائی جگاویں مائی بہرہ السلام کی دس سونا عربی جوان جی اللہ دی بانی حسین دے وکیل کو گلین دے ودل تو مسافر نظر دے اگر کتائیں گھر رہی گھر چلاوان کہہ دا مہمان میزبان دے گھر چلاوان چھڑا سا بھر کیا دے نہ جائے دا گھر ہوئے نہ جائے دا کوئی میزبان ہوئے وہ کن ونجھے ہس بن کیا دیا میں جوان دی گل نہیں سمجھی میں سمجھا تو کہو نے چھڑا سا بھر کیا دے حسین دا وکیلا پیدا ہی میں آئی جی میں جھپ دے پاس دے پانی آن دے پیر چون کیا دیا کنیس مار ونجھی دار تک کیوں بھرائے اندر لنگا مسلم مندر قدم رکھے اب یہ جے تک دم اچ دم میں تیری حفاظت کرے ماما بھینی دے حصے دا جملے جناب مسلم گھوڑا نب کے اندر داخل ہوئے تب مائی درد والا ہی کہنے گلی سجے دے دیئے کہنے کھپے جناب مسلم آدن آپ سجائی آج سے پاسے کے دے دی اب یہ میں سنے تو کلا نہیں آیا کوفے تیرے نال دور پتران میں تو تیری جوڑی دے تداری کھڑیاں غریب آدھے روا نہیں ملتی تو سما آیا بسم اللہ کرا بھائی رات کی گئی کھانا دیتا کھاتا اسے بارے تو سوال نہیں کی اولاد آلے پانی آدھے مسلح دے میری زندگی دی آخری رات رات جلدی ودی آئی کہ مائی دے پترے جنا نام بلال لانتی ہے ابن زیاد دے پتر کو وائندا سس تیرا بیوا سے پاسے ودا بولیں دے حسین دا وکیل سارا مہمان ہے ایک ملعون نے جنا نام محمد بن اشعث ای ظالم دی کمانڈ 1200 بندہ تلوارہ نیزے چاہ کے حسین دے وکیل کو گرفتار کرنا ہے میں نے لکھا ہے اللہ واسطے میں محسوس کیتا ہے میرے گھر دے آسے پاس محاصرہ پہنچ دے باو جتنے تک روایت ہے سادہ جی روایت ہے اندھے حالات بڑے مزمرین اندھے گھر ایک وجہ سے لکڑ پہ آئی لکڑ چاہ کے در دے کو آٹھتی ہے اندھے گھر دے آئی سو کے فوجی اندر نہ آئے بسم اللہ کرا جناب مسلم کو سدائے گل کے ہے ابھی مخبری میرے پتر کی دیے بطول دا پتر تو بچتا رہے اللہ جانے میں تیری ماں دے متھے کیویں لگتا مومن بڑے اوکھے اوکھے ادوار چ گزرے وے منوان تاریخ سے لفظ شربت بڑھائے وچ زہر ملائے پتر بلال کو سدس بیٹا جی اما میں حسین دے وکیل واسطے شربت بڑھائے پچ گئے تبرک سمجھ کے پی میں میری گل سمجھی نہیں حسین دی محبت تھکے پتر کو ماں زہر پلائے ملعون تڑپ کے زمین سے ڈٹھے ماں دے پاس لے کیا دے اما میں تیرا پتر ہاں نال بہ گئی الٹا ہاتھی دے منہ تے مار کیا دی حیا نہیں بھی آیا میں نگری دی دھی دے متھے کی میں رکھتا ظالم میرا گھر آیا مہمان مرا رہی بسم اللہ کرا مالک بچڑا دے گھوڑے تے چڑھے میں یادی بہر نوائیں آدھے دوا میں حاشمیاں میری زندگی اگر کوئی کمی نہ تیرے گھر داخل آ گیا میری غیرت گوارا نہیں کرتی سارے آپ کو جو مسلم 90 سال دی مائی دی عمر سید زادی نہیں غیر سید زادی ہے
ਉਠਾਏ ਉਹਦੇ ਘਰ ਹੀ ਕਹਿ ਕਮੀ ਨੇ ਬਰਦਾਸ਼ਤ ਰਹਿ ਕਰਦਾ ਮੈਂ ਸਦਕੇ ਸੀਵਾਂ ਸਜਾ ਤੇਰੀ ਗੈਰਤ ਤੂੰ ਜਿਹਦੀ ਅੱਖੀ ਦੇ ਦੇਖਦੇ ਅਕਬਰ ਦੇ ਕਾਚਨ ਖੈਮਾ ਚਾਹ ਗਏ ਬਹੁਤ ਥੋੜਾ ਹੋਰ ਬਣਨੇ ਜ਼ਿਆਦਾ ਬਣ ਗਿਆ ਘੋੜੇ ਤੇ ਚੜੇ ਦਾਰਾ ਬੂਰ ਕੀਤਾ ਜੰਗ ਸ਼ੁਰੂ ਹੋ ਗਈ ਇਹ ਬਜ਼ੁਰਗਾਂ ਦੇ ਆਸਥਾਨੇ ਨੇ 1200 ਬੰਦਾ ਮਾਰਨ ਵਾਲੇ ਇੱਕ ਮੁਸਲਿਮ ਬਾਬਾ ਜੀ ਮਰੀ ਜਾਣ ਵਾਲੇ ਕਹਿੰਦੇ ਉਂਗਲੀ ਚ ਆਵਾਜ਼ ਆਉਂਦੀ ਅੱਲਾਹੁ ਅਕਬਰ ਕਹਿੰਦੇ ਉਂਗਲੀ 400 ਬੰਦਾ ਮਾਰੇ ਜ਼ਖਮੀ ਥੀ ਗਈ ਹੈ ਤਾਰੀਖ ਆਦੀ ਹੈ ਪਹਿਲਾ ਹਾਸ਼ਮੀ ਹੈ ਜੇ ਕੋ ਲੋਕ ਪੱਥਰ ਮਾਰੇ ਤਲਵਾਰਾਂ ਮਾਰੀਏ ਨੇਜ਼ੇ ਮਾਰੇ ਤੀਰ ਮਾਰੇ ਖੌਲਦੋ ਜਾਂ ਪਾਣੀ ਫਟਣੇ ਮੈਂਬਰ ਦੀ ਕਸਮੇ ਕਹਿਣ 400 ਬੰਦੇ ਕੁਮਾਰੇ ਸੰਗੜਾ ਹੀ ਖੀਤੀ ਜਿਵੇਂ ਜ਼ਖਮੀ ਸ਼ੇਰ ਵੀ ਫਰਦੇ ਆਪਣੇ ਆਪ ਵਾਦੇ ਮੁਸਲਿਮ ਜਿਵੇਂ ਜੰਗ ਵਾਲਾ ਕਰੇ ਨੇ ਅੱਜ ਕੋਈ ਦੇਖਣ ਵਾਲਾ ਹੋ ਗਿਆ ਮਿੰਬਰ ਦੀ ਇੱਜ਼ਤ ਦੀ ਕਸਮੇ ਪਰਲੇ ਕੋਨੇ ਚ ਮੈਂ ਵੀ ਆ ਕੋਈ ਨਾ ਵੀ ਮਾਂ ਤਾਈ ਵਧੀ ਆਈ شہادت منائی بیٹھنا کسی دی طاقت والا بھی مسلم اج جیڑی اوکھی دعا آئی جھولیاں دراز کر اج یتیم تھی گئی بھی علی دی تھی اج جڑی رات گزاری آئی پوری رات بھی او دا سر جھولی پاتی رہی داڑی چمکیا دی پوری زندگی آکھئی میں جو دے بھج دھی آ گئی آئی ایک دفعہ میں شالت بڑی جوانی سلامت ٹھڈا سا بھر کیا دا چاچا علی جنگا تائیں پیتی ہیں جنگ دا میدان تیرا وسیع ہوندا ہی گلیاں نن ہوندیاں ہائے تو پیاسا نامے ہوندا تک ناموس دا درد نہیں ہوندا اج میں گلی ہاں جوڑی دا درد دکھا گئے دوڑیاں دی بک تے پیاس ہی ہے بٹھڈا سا بھر کے اپنے آپ کو دے مسلم جیویں لڑدا ودے کھنڈ پچھے اج غازی ہو گیا شہید ہو گیا چوڑی کتھا گازی دے گھر دیویتا دو پڑ گیا ماما بیٹھی ہیں تئید کرے سن بچے کو جیڑے رنگی سماؤ اس سے رنگی ٹوٹ دائے مثلا رات کو دو بھیراما کو ماں کٹھا سماوے کسے گھر سے تحت انہاں دا راتی بستر بدلے میرا کو بھین دے رلے سماوے جائے لے صبح اکھی کھلے سی ہوں دے ذہنی چو سی میں بھیرا دے رلے ستا پیاں تیرے مسائب سن دے پائے تو بڑے مسائب میں کو نہیں آن دے ستے سی ہوں دے سینے تیان بابا جی جائے لے جاگن تا مٹی آئی چھوٹے بڑے تو دچھائے بڑا قاضی دے پاس دے کیا دے سارا بابا کوئی جواب نہیں دیتا بڑا پھرا چھوٹے دا منہ چمکیا دے پکے یتیم تھی بابا کس گئے ہون چک کر قاضی دا پترے تاریخی جنا نا اسد ہے پتر کو آکے سے نہ کو نالا کوفے دیاں ویران تے اندھیریاں گلیاں گھن شہر تو بہر ایک قافلے وجنا آئی انہیں انتظار کر مکے انہیں نال ٹور چھوڑ مت ماں کو مل رہے ہوئے میں جلدی کر رہا
ਕਾਜ਼ੀ ਦੇ ਪੁੱਤਰ ਨਾਲ ਲੈ ਔਖੇ ਜਿਹੇ ਲਫ਼ਜ਼ਾਂ ਤੇ ਆ ਗਿਆ ਇਸ਼ਾਰੇ ਨਾਲ ਗੁਜ਼ਰਸਾਂ ਇੱਕ ਗਲੀ ਦੇ ਮੋੜ ਹਾਈ ਤਾਂ ਅੰਧੇਰਾ ਦਿੱਠਾ ਵੱਡੇ ਫੇਰਾ ਆਈ ਹੈ ਚੁੱਪ ਕਰ ਗਈਏ ਜੋ ਮੇਰਾ ਛੋਟਾ ਨਾ ਦੇਖੇ ਛੋਟੇ ਫੇਰਾ ਦੀ ਅਚਾਨਕ ਨਿਗਾਹ ਪਈ ਹੈ ਪਿਓ ਤੇ ਤੂੰ ਤਾਂ ਚੁੱਪ ਕਰ ਗਏ ਫੇਰਾ ਦਾ ਦਮਨ ਨੱਪ ਗਿਆ ਤੇ ਵਹਿੰਦਾ ਜੋ ਪਏ ਬਾਬੇ ਕੋਲ ਮਿਲਸੂ ਮਿੰਬਰ ਦੀ ਕਸਮ ਹੈ ਬਾਬਾ ਬਾਬਾ ਕਰ ਗਿਰਦੇ ਆ ਝੜੇ ਨੂੰ ਗੱਲ ਚੁੰਕਿਆ ਤੇ ਨਾ ਤੁਰ ਗਿਆ ਸਾਕੇ ਨਾ ਮੰਨਣਾ ਹੈ منظر بچہ کو نہ دیکھن دیو چل دیے بھائی بم پشاور بچے ملتان والے نہ دیکھیں نہ یہ بچے انہوں نے کچھ لگتے ہیں نہ وقفیت ہے پوچھو بھائی وجہ کے آدن بچے یہ جائے منظر ویس نہیں سکتے بچوں کے دل نازک ہونے جڑے ٹرتے پہنے جڑا کلی ستا ہے پی ہوئے سبحان وہ جڑے لاش کو بوسے پہلے دن پترن اللہ دی تقدیر دے فیصلے قافلہ پہلے چلا گیا قافلے دی دھول لکھائی قاضی دے پتر سیدوں بھج پئی جوڑی بکھے ہن تسے ہن تازہ یتیم فوجاں دا ڈر نہ لینا کوئی نہیں نازک گل ہن چمن بتول دے گڈا ٹرے ہیں یار کچھ رستے تے ٹرے وڈا پھیرا تے راہ تے نہ ٹروں مت کہیں تے ہتھیا ونجوا جنگل ٹروں کتنا بھجے اسن میل لو ترائے وڈا اگوں چھوٹا پچھوں حقل ماری محمد دی ابراہیم ادے میرو نا ٹرواں اما مل پو بھی نا میرے سلامی دے وے کو کہ چھوٹا پتر پیا دئی میں جنگل اچ رول رول کے مار گیا کیا بات ہے بھائی کیا بات ہے گڈا ویندا ائی وڈا والا چھوٹے دے گل بھائی پئیاں نے دوے بھرا سم گئے میں ادرا نا تو صاحب کو تے نیندرا گئی نے انیا کھا خشی آ گئی نے یا در کل دہل کے سب گئے اسے ملاؤن دی کمانڈ 400 بندہ اسے محمد بن اشس ملاؤن دی کمانڈ 400 بندہ گھوڑا تے سوار ہتھے تلوارا تے گولے دے ودن بچے بڑا 7 سال دے چھوٹا 5 سال دے ایک ظالم آدھے وہ ستے پہن کیوں ظالم آدھے نہیں تسا نہیں جگہ بنا میں جگہ ساں جگر سے ہاتھ رکھ کے روایت سنو انال گھوڑا آدھے ستے رہن یہ زین چھوڑیے ستے رہن زین چھوڑ کے چھکا تھیے ستے رہن جائے چھکا تھی کے بلا اٹھے تو نہ روٹی کرن ہاتھ بان کیا دن اتھا نماز ظالم آدھے کیوں نمارا وڈا آدھے تھائیں اما چم دی آئی بابا 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 یار کیا بات ہے پانی جیلی گرمی ہے کتنا لمبا مسائب سن رہے ہو بابا جی ہو میرے کو لفظ کوئی نہیں تو سنجان دے ہو میں سخت نہیں پڑھتا اچھا ملنگی ظالم دے بچے کو ہک رسی آئی پھر سمجھ کے چار ہاتھ کٹھے کیتے ہک رسی اچھی چار ہاتھ رلائن ذہن رکھ وڈا 7 سال دا ہے چھوٹا 5 سال دا ہے کنائے نال گزر سا گلاں اوکھیاں کی رسی کیتی ہے لمبی آپ بیٹھے گھوڑے تے ظالم آدے میرے نال بھجو اللہ مار اللہ مار سیدہ میرے نال
بس سنو رسی لمبی ہے دوئے بھرا ایک رسی کہہ دے کہ ظالم دا بچہ گھوڑے دی زین تے میری سین دی جوڑی زمین تے شالا جوانی را جمانو بھائی سیا میانی آلے کدا بھج سکدے آن کدا بھج سکدے آن سید چند قدم تا بھجن چھوٹے بھرا دی سیدہ دا ٹھا نکھ تکلوار کیا دوی پنزار مقراب گھوڑا آرام نال بھجاوے میرے پیر پھٹ گئے واہ اللہ گواہ وجہ بھرا دے صبر کیتیا سمجھ لوں میں نیندر نکرے دو یا چار منٹ میں ڈرے کل گوائے بازار گھنائے منڈا دی کی نئے بار قیدی پیان جے تماشا دے پھے مکان نی چھت تے او بازار او بچے قیدی اللہ گواہ سی امیانی والے کوگے دی وسی کورا تے روایت کرے دی اے ادی میں آواز سنیے تلوار دا چھنکار سنائے نیزا دا کھڑکار سنائے گھوڑا دیتا پتی آواز سنیے اے آدھی میرا پتر یار سال مرے میرے بچے دا نا ابراہیم اے آدھی میرا پتر بازار چاہے پنج منٹ میں جکھے آخر ماہم میں دل تے آئی ہاں میں اپنے پتر دا نا حکر ماری میں اپنے ابراہیم اے آدھی میں مر گئی ہوں रुपया दे छोटे बचड़े मेरे घर दे दर दे पास रिश्तेया दे अम्मा सा रोल गया है ए आदी है मैं दूजी दफा अपन मारी इब्राहीम आदे जी अम्मा जी अम्मा پہ